ਮਾਂ ਚੋਤੀ ਤੁਸੀਂ ਨੇ ਸਾਰੇ ਪੰਜਾਬ ਦੀ, ਫਿਰ ਮੈਂ ਤੁਲਾ ਹੋਰ ਭਾਈ ਕੀ ਹਾਲ ਨੇ ਸਾਰਿਆਂ ਦੇ। ਇੱਕ ਆਹ ਜਿਹੜੀ ਕੁੜੀ ਹੈਗੀ ਨਾ ਅਮਨ ਰਾਮਗੜੀ, ਅਤੇ ਇਹਦੀਆਂ ਜਿਹੜੀਆਂ ਵੀਡੀਓਆਂ ਲੀਕ ਹੋਈਆਂ ਨੇ ਕਈ ਦਿਨਾਂ ਤੋਂ, ਮਤਲਬ ਫੁੱਲ ਮੁੱਦਾ ਚੱਲ ਰਿਹਾ ਗਾ ਵੀ ਇਹ ਕੁੜੀ ਨੇ ਐਂ ਕਰਿਆ ਵਾਹ ਕਰਿਆ, ਤੁਸੀਂ ਹਿਸਾਬ ਲਾ ਲਓ ਅੱਜ ਇਹ ਕਈ ਦਿਨਾਂ ਤੋਂ ਇਹ ਚੁੱਪ ਹੈ, ਅਤੇ ਅੱਜ ਇਹਨੇ ਜਿਹੜਾ ਆਪਦੇ ਇੰਸਟਾਗ੍ਰਾਮ 'ਤੇ ਲਿਖ ਕੇ ਪਾਇਆ ਗਿਆ ਵੀ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈਗੀ, ਅਤੇ ਮੈਂ ਇਹੋ ਜਿਹੇ ਇਨਸਾਨ 'ਤੇ ਜਿਹੜਾ ਵੀ ਭਰੋਸਾ ਕਰ ਬੈਠੀ, ਜਿਹੜਾ ਮਤਲਬ ਵੀ ਲਾਇਕ ਨਹੀਂ ਸੀਗਾ ਇਹ ਮੇਰੇ ਭਰੋਸਾ ਕਰਨ ਦੇ, ਅਤੇ ਮੇਰੀਆਂ ਕਹਿੰਦੀਆਂ ਵੀ ਵੀਡੀਓਆਂ ਲੀਕ ਕਰਤੀਆਂ 2022 ਦੀਆਂ ਕਿਸੇ ਵੀਡੀਓਆਂ ਦੀਗੀਆਂ। ਠੀਕ ਹੈ ਉਹ ਯਾਰ ਅੱਜ ਕੱਲ੍ਹ ਦੇਖ ਲਿਆ, ਪਹਿਲਾਂ ਮੈਂ ਤਾਂ ਐਂ ਕਹਿੰਦਾ ਵੀ ਤੇਰੀ ਗੁੱਤ ਕਿਉਂ ਨਹੀਂ ਪੱਟੀ, ਤੇਰੇ ਘਰਦਿਆਂ ਨੇ ਤੂੰ ਗੰਦ ਪਾਉਂਦੀ ਫਿਰਦੀ ਸੀਗੀ ਥਾਂ ਥਾਂ। ਪਹਿਲੀ ਗੱਲ ਤਾਂ ਹੁਣ ਆ ਸਾਰੇ ਕੁੜੀਆਂ ਗਾਲਤੀਆਂ, ਉਹ ਆ ਇੰਸਟਾਗ੍ਰਾਮ ਨੇ ਹਰੇਕ ਕੁੜੀ ਲੱਗ ਜਾਂਦੀ ਹੈ ਚੱਕ ਕੇ ਮੂੰਹ, ਕਿਉਂ ਇਹਨੇ ਇਹਦੇ ਨਾਲ ਕੀ ਚੱਕਰ ਪੈਂਦਾ। ਹੁਣ ਚਾਰ ਅਗਲਾ ਮੁੰਡੇ ਅੱਜ ਕੱਲ੍ਹ ਦੇਖ ਲੈ ਦੇਖਦੀ ਇਕੱਲੇ ਕੁੜੀਆਂ ਨੂੰ ਨੇ, ਕੋਈ ਚੱਜ ਦੀ ਗੱਲ ਲੱਗ ਰਿਹਾ ਹੋਵੇ ਕਰਨ, ਉਹਨੂੰ ਕੋਈ ਨਹੀਂ ਦੇਖਦਾ, ਬਸ ਜਿਹਨੇ ਲੱਕ ਜਾ ਲਿਆ ਤਾਂ ਹਰੇਕ ਉਸ ਨੂੰ ਦੇਖੂਗਾ, ਅਤੇ ਉਹਨੂੰ ਚਾਰ ਬਸ ਐਂ ਵੀ ਜਦੋਂ ਕੋਈ ਕੁੜੀ ਪਾਉਂਦੀ ਹੈ ਵੀਡੀਓ ਹਰੇਕ ਬਸ ਉਹਨੂੰ ਚਾਰ ਵਿਊ ਮਿਲ ਜਾਂਦੇ ਨੇਗੇ, ਹਰੇਕ ਮੁੰਡੇ ਧੜਾ ਧੜਾ ਅਗਲੇ ਮੈਸੇਜ ਲੱਗ ਅਗਲੀ ਹੋ ਜਾਂਦੀ ਐਨ ਹਵਾ 'ਚ। ਠੀਕ ਹੈ ਫਿਰ ਉਹਨੇ ਪੁੱਠੀ ਕੰਮ ਕਰਨੇ ਹੁੰਦੇ ਨੇ, ਕੋਈ ਸਿੱਧਾ ਸੁੱਧਾ ਨਹੀਂ ਕਰਦੀ। ਹੁਣ ਇਹ ਕੁੜੀ ਹੈ ਤੁਸੀਂ ਹਿਸਾਬ ਲਾ ਲਓ ਵੀ ਹੁਣ ਅੱਜ ਕੱਲ੍ਹ ਮਾਫੀਆ ਮੰਗਣ ਲੈ ਰਹੀ ਹੈ ਪੇਜ ਵਾਲਿਆਂ ਨੂੰ, ਲੱਗ ਰਹੀ ਹੈਗੀ ਇਹ ਕਹਿਣ ਜਿਹੜੇ ਇੰਸਟਾਗ੍ਰਾਮ 'ਤੇ ਪੇਜ ਬਣੇ ਹੋਏ ਨੇ ਵੀ ਉਹ ਮੈਨੂੰ ਟਰੋਲ ਲੱਗ ਰਹੇ ਨੇ ਕਰਨ, ਮੈਨੂੰ ਐਂ ਲੱਗ ਰਹੇ ਨੇ ਕਰਨ, ਮੇਰਾ ਇਹ ਅੱਗੇ ਮੇਰੇ ਘਰਦਿਆਂ ਨੂੰ ਜਾਂ ਮੇਰੇ ਦੋਸਤਾਂ ਨੂੰ ਪਤਾ ਹੈਗਾ ਵੀ ਸਾਡੇ 'ਤੇ ਕੀ ਬੀਤ ਰਹੀ ਹੈਗੀ। ਉਹ ਤਾਂ ਬੀਤੂਗੀ ਉਹ ਜਦੋਂ ਤੇਰੇ ਲੱਛਣ ਮਾੜੇ ਨੇ। ਠੀਕ ਹੈ ਕੱਲ੍ਹ ਨੂੰ ਅੱਛਾ ਹੁਣ ਤੇਰੇ ਨਾਲ ਵਿਆਹ ਕੌਣ ਕਰਾਊਗਾ ਜੇ ਤੂੰ ਇਹੋ ਜਿਹੇ ਲੱਛਣ ਕਰਦੀ ਹੈ। ਉਹ ਤਾਂ ਹੁਣ ਘਰ ਤੇਰੇ ਘਰਦਿਆਂ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਜਿਹੜਾ ਤੂੰ ਥਾਂ ਥਾਂ ਗੰਦ ਪਾਉਂਦੀ ਫਿਰਦੀ ਸੀਗੀ, ਕਦੇ ਕਿੱਥੇ ਜਾ ਕੇ ਰੀਲਾਂ ਪਾਤੀਆਂ, ਕਦੇ ਲੱਕ ਅੱਧ ਨੰਗੀਆਂ ਹੋ ਕੇ ਨੱਚਦੀਆਂ ਨੇ। ਪਹਿਲਾਂ ਉਹ ਭੈਣ ਦੇ ਯਾਰ ਕੁੱਲੜ ਪੀਜੇ ਵਾਲੇ ਉਹਨਾਂ ਨੇ ਹੀ ਗੰਦ ਪਾਇਆ, ਉਹਨਾਂ ਨੂੰ ਬੇਸ਼ਰਮਾਂ ਨੂੰ ਉਹਨਾਂ ਨੂੰ ਕੋਈ ਉਹ ਚੱਕਰ ਨਹੀਂ ਪਿਆ ਹੈਗਾ ਕੀ ਕੁਛ ਹੋ ਗਿਆ। ਆਪਣੇ ਕੋਈ ਜੱਟੂ ਪਰਿਵਾਰ 'ਚ ਇਹੋ ਜਿਹਾ ਕੰਮ ਹੋ ਜਾਵੇ ਅਗਲਾ ਗੋਲੀ ਮਾਰ ਦਿੰਦਾ ਵੀ ਇਹਦਾ ਤਾਂ ਕੱਢਾ ਕੰਡਾ, ਅਤੇ ਇਹਨਾਂ ਨੂੰ ਕੋਈ ਚੱਕਰ ਨਹੀਂ ਗਾ। ਫਿਰ ਇਹਨਾਂ ਦਾ ਚੱਕਰ ਕੀ ਪੈਂਦਾ, ਇਹਨਾਂ ਨੂੰ ਦੇਖ ਦੇਖ ਕੇ ਜਿਹੜਾ ਹੁਣ ਆਪਣੇ ਪਿੰਡਾਂ ਦਾ ਮਾਹੌਲ ਹੈ ਇਹ ਵੀ ਖਰਾਬ ਹੋਣ ਲੈ ਰਿਹਾ ਹੈਗਾ। ਇਹ 'ਚ ਵੀ ਵੈਸਾ ਹੁਣ ਕੁੜੀਆਂ ਘਰਦਿਆਂ ਦੀ ਤਾਂ ਬਸ ਮੰਨਦੀਆਂ ਨਹੀਂ ਹੈਗੀਆਂ, ਕਿਸੇ ਦੀ ਨਹੀਂ ਮੰਨਦੀ, ਅਤੇ ਬਸ ਉਹੀ ਇਲਾਕਾ ਲਿਆ ਲਿਆ ਕੇ ਰੀਲਾਂ ਪਾਉਂਦੀਆਂ ਨੇ ਜਿਹਦੀ ਚੜ੍ਹਾਈ ਹੋ ਜਾਂਦੀ ਹੈ, ਜਾ ਕੇ ਚੰਡੀਗੜ੍ਹ ਬਹਿ ਜਾਂਦੀ ਹੈ। ਪਹਿਲਾਂ ਉਹ ਤਿੱਤਲੀ ਵਾਲੀ ਕੁੜੀ ਦੇਖ ਲਓ, ਉਹਨੇ ਦੇਖ ਲੈ। ਹੁਣ ਇਹਦੇ ਵਿੱਚ ਗਲਤੀ ਕਿਹਦੀ ਹੈ, ਇਹਦੇ ਵਿੱਚ ਗਲਤੀ ਹੈ ਜਿਹੜੀ ਨਾ ਆਪਣੇ ਆਪਦੀ ਬੰਦਿਆਂ ਦੀ ਹੈ, ਆਪਣੇ ਪੰਜਾਬੀਆਂ ਦੀ ਹੈ। ਅੱਧ ਤੋਂ ਵੱਧ ਪੰਜਾਬੀ ਨਾ ਮਤਲਬ ਵੀ ਕੁੱਤੇ ਹਰਾਮੀ, ਮੈਂ ਤਾਂ ਸਿੱਧੀ ਕਹੂੰਗਾ ਕੋਈ ਮੇਰੇ ਨਾਲ ਕੁਛ ਮੈਨੂੰ ਕੋਈ ਕੁਛ ਕਹਿ ਦੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਆਪਾਂ ਤੋਂ ਉਹ ਵੀ ਕੋਈ ਚੱਕਰ ਨਹੀਂ ਗਾ। ਠੀਕ ਹੈ ਹੁਣ ਜਿਹੜਾ ਆ ਮੈਡ ਸੰਧੂ ਜੈ ਉਹਦੇ ਐਂ ਕਰੋ ਜੇ ਤੁਸੀਂ ਨੇ ਦੇਖਣਾ ਨਾ ਗਾਂਡੂ ਬੰਦੇ ਆਪਣੇ ਪੰਜਾਬ 'ਚ ਕਿੰਨੇ ਕੁ ਨੇ ਤੁਸੀਂ ਦੇਖਣੇ ਨੇ, ਅਤੇ ਉਹ ਮੈਡ ਸੰਧੂ ਹੈ ਉਹਦੀ ਫੋਲੋਅਰ ਲਿਸਟ ਦੇਖ ਲਓ ਵੀ ਉਹਨੂੰ ਕਿੰਨੇ ਫੋਲੋ ਕਰਦੇ ਨੇ, ਜਿੰਨੇ ਬਾਗੇ ਥੱਲੇ ਮਾਂ ਕੁੱਲ ਗਾਂਡੂ ਆ ਗਾਂਡੂਆਂ ਦੀ ਲੈਣ ਲੱਗ ਜੂ। ਫਿਰ ਆ ਸੁੱਖ ਰਤੀਆ ਦੇਖ ਲਓ ਇਹਦੇ ਕੱਢ ਲਓ 5-6 ਲੱਖ ਵਾਰ ਲੱਖ ਫੋਲੋਅਰ ਹੈ ਇਹਦਾ, ਇਹਦੇ ਥੱਲੇ ਜਿਹੜੇ ਮਤਲਬ ਜਿੰਨੇ ਇਹਨੂੰ ਫੋਲੋ ਕਰੀ ਜਾਂਦੇ ਨੇ ਕਿ ਥੱਲੇ ਐਂ ਦੇਖੀ ਚਲੋ ਜੇ ਤੁਸੀਂ ਨੇ ਦੇਖਣਾ ਵੀ ਪੰਜਾਬ 'ਚ ਕਿੰਨੇ ਕੁ ਫੁੱਦੂ ਤੁਰੇ ਫਿਰਦੇ ਨੇ, ਕਿੰਨੇ ਕੁ ਭੋਸੂੜੂ ਨੇ ਬੰਦੇ ਨੇਗੇ, ਬਸ ਸਾਰੇ ਉਹ ਨੇ। ਇੱਕ ਉਹਦੀ ਹੁਣ ਮਸ਼ੂਕ ਮਸ਼ਾਕ ਦਾ ਰੌਲਾ ਪਿਆ ਸੀਗਾ, ਉਹ ਭੈਣ ਦੇ ਯਾਰ ਦੀ ਕਿਧਰੇ ਗਾਲਾਂ ਦੇ ਦੇ ਕੇ ਵੀਡੀਓ ਪਾਉਂਦੀ ਹੈ। ਪਹਿਲਾਂ ਕਹਿੰਦੀ ਮੈਂ ਪਿਆਰ ਕਰਦੀਆਂ ਐਂ ਕਰਦੀਆਂ, ਜੇ ਤੈਨੂੰ ਐਡਾ ਹੀ ਉਹ ਭੈਣ ਚੋਦੀ ਹੈ ਤੂੰ ਜਾ ਕੇ ਨੈੱਟ 'ਤੇ ਭੌਂਕਦੀ ਹੈਗੀ, ਉਨੇ ਟਾਈਮ 'ਚ ਮਾਂ 'ਚ ਦਾ ਲੈ ਤੂੰ ਕਿਸੇ ਥਾਣੇ 'ਚ ਰਪਟ ਦੇ ਵੀ ਮੇਰੇ ਨਾਲ ਮਾੜੀ ਕਰ ਗਿਆ ਹੈਂ।
ਉਹਦੇ ਨੈੱਟ 'ਤੇ ਲੱਗ ਰਹੀਆਂ ਕਿ ਤੂੰ ਕਹਿਣਾ ਸੁੱਖਰ ਤੀਆ ਐਂਗਾ ਵਾਹ ਹੈਗਾ ਇਹੋ ਜਿਹਾ ਗਾਂਡੂ ਉਹ ਇਹੋ ਜਿਹੀ ਤੂੰ ਹੈ ਤੂੰ ਕੀ ਘੱਟ ਹੈਗੀ ਹੈਂ ਗਸਤਾਉਣ ਹੈ ਤੂੰ ਤਾਂ ਆਪ ਅਤੇ ਮੁੰਡੇ ਵਾਲੀ ਹੋ ਕੇ ਤੂੰ ਕੀ ਕੀ ਲੱਛਣ ਕਰਦੀ ਹੈ ਤੇਰੇ ਲਈ ਮੁੰਡਾ ਤੀ ਆਹੀ ਕਰਤੂਤਾਂ ਕਰਕੇ ਤੈਨੂੰ ਪਹਿਲਾਂ ਘਰੋਂ ਕੱਢਿਆ ਜੇ ਠੀਕ ਹੈ।